ਸੱਤਰੀਏ ਕਾਲ ਜੀ ਅੱਜ ਆਪਾਂ ਇਸ ਵੀਡੀਓ ਵਿੱਚ ਪੰਜਾਬੀ ਸੂਟ ਕਟਿੰਗ ਕਰਕੇ ਦਿਖਾਵਾਂਗੇ ਕਈ ਵਾਰ ਆਪਾਂ ਸੂਟ ਤਾਂ ਕਟਿੰਗ ਕਰ ਲੈਨੇ ਆ ਪਰ ਉਹਦੀ ਜਿਹੜੀ ਫੀਟਿੰਗ ਉਹ ਬਿਲਕੁਲ ਸਹੀ ਨਹੀਂ ਹੋ ਪੰਦੀ ਸੋ ਕੀ ਕਾਰਨ ਹੋ ਜਾਂਦੇ ਨੇ ਸੋ ਜਿਹੜਾ ਆਪਾਂ ਸੂਟ ਕਟਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਕਟਾਂਗੇ ਤੇ ਹਰੇਕ ਚੀਜ਼ ਜਿਹੜੀ ਡਿਟੇਲਸ ਹੈ ਤੇ ਦੱਸਾਂਗੇ ਤੇ ਕਿੱਥੇ ਆਪਾਂ ਤੋਂ ਗਲਤੀ ਹੁੰਦੀ ਹੈ ਜਿਹਦੇ ਕਰਕੇ ਜਿਹੜਾ ਸੂਟ ਹੈ ਉਹ ਵਧੀਆ ਨਹੀਂ ਹੋ ਪੌਂਦਾ ਜਿਹੜੀ ਫੀਟਿੰਗ ਉਹ ਪਰਫੈਕਟ ਨਹੀਂ ਬਣ ਪੌਂਦੀ ਸੋ ਆਪਾਂ ਚਲੋ ਕਰਦੇ ਹਾਂ ਸਟਾਰ ਤੇ ਜਿਹੜਾ ਆਪਾਂ ਸੂਟ ਆ ਉਹ ਆਪਾਂ ਕਿਵੇਂ ਕਟਿੰਗ ਕਰਾਂਗੇ ਕਿਵੇਂ ਨਾਪ ਲਵਾਂਗੇ ਸੋ ਸਾਰਾ ਜਿਹੜਾ ਡਿਟੇਲਸ ਆਤ ਦੱਸਿਆ ਗੋ ਸੋ ਐਂਡ ਤੱਕ ਵੀਡੀਓ ਨਾ ਬਣੇ ਰਹੋ ਚਲੋ ਕਰਦੇ ਹਾਂ ਸਟਾਰ ਸਭ ਤੋਂ ਪਹਿਲਾਂ ਆਪਾਂ ਸੂਟ ਆ ਜਿਹੜਾ ਉਹ ਮਿਲ ਲੈਣਾ ਵੀ ਆਪਾਂ ਇਹਦੀ ਜਿਹੜੀ ਮਿੰਤੀ ਉਹ ਕਿਵੇਂ ਕਰ ਸਕਦੇ ਹਾਂ ਸੋ ਜਿਹੜਾ ਮੋਡਾ ਹੈ ਇੱਥੇ ਰੱਖ ਕੇ ਪੰਜ ਟੇਪ ਤੇ ਆਪਾਂ ਹੇਠਾਂ ਤੱਕ ਮਿਣਾਂਗੇ ਸੋ ਇਹ 3/4 ਅੰਤਾਲੀ ਆ ਤਿਆਰ ਤੇ ਇਹਦੇ ਵਿੱਚ ਆਪਾਂ +3 ਕਰ ਲੈਣਾਗਾ ਜਦੋਂ ਆਪਾਂ ਕਟਿੰਗ ਕਰਨੀ ਹੈ ਕਿਉਂਕਿ 2.5 ਇੰਚ ਆ ਜਿਹੜਾ ਉਹ ਹੇਠਾਂ ਮੁੜ ਜਾਊਗਾ ਤੇ 1.5 ਇੰਚ ਤੇ ਹੁਣ ਜਿਹੜਾ ਆਪਣੀ ਛਾਤੀ ਆ ਇਹਨੂੰ ਮਿਲ ਲੈਣਾ ਸੋ ਆਪਾਂ ਕੀ ਗਲਤੀ ਕਰਦੇ ਆ ਆਪਾਂ ਇੱਥੋਂ ਛਾਤੀ ਮਿਲ ਲੈਨੇ ਜਿਵੇਂ 17 ਆ ਰਹੀ ਹੈਗੀ ਸੋ ਇਹ ਤੋਂ ਆਪਾਂ ਨੀਚੇ ਨੂੰ ਮਿਣਾਗੇ 3 ਇੰਚ ਸੋ ਆਪਾਂ ਦੋ ਜਿਹੜੀਆਂ ਉਹ ਉੱਪਰ ਤੇ ਲੋ ਛਾਤੀ ਆ ਜਿਹੜੀ ਬ੍ਰੈਸਟ ਆ ਉਹ ਮਿਲਣੀ ਆ ਸੋ ਇੱਥੇ ਆਪਾਂ ਉੱਪਰ ਤਾਂ ਆਪਣੀ 17 ਆਈ ਸੀ ਤੇ ਇੱਥੇ ਆਪਣੀ ਜਿਹੜੀ ਸਾਡੇ 1.7 ਆ ਰਹੀ ਹੈ ਸੋ ਇਹ ਆਪਾਂ ਨੇ ਮਿੰਨੀ ਬਹੁਤ ਜ਼ਰੂਰੀ ਆ ਕਿਉਂਕਿ ਇਹਦੀ ਵਜ੍ਹਾ ਕਰਕੇ ਜਿਹੜਾ ਇੱਥੇ ਕਪੜਾ ਜਿ ਇਕੱਠਾ ਹੋਣ ਲੱਗ ਜਾਂਦਾ ਮੋਢੇ ਕੋਲੇ ਉਹ ਇਸੇ ਦੇ ਕਾਰਨ ਹੁੰਦਾ ਇਸ ਕਰਕੇ ਜਿਹੜੀ ਉੱਪਰੋਂ ਆਪਾਂ ਉਹ ਅਲੱਗ ਮਿੰਤੀ ਕਰਨੀ ਆ ਤੇ 3 ਇੰਚ ਹੇਠਾਂ ਨੂੰ ਜਾ ਕੇ ਉਹ ਅਲੱਗ ਤੋਂ ਮਿੰਤੀ ਕਰਨੀ ਆ ਸੋ ਜਿਵੇਂ ਆਪਾਂ ਕਿਸੇ ਨਾਲ ਊਨ ਆਪ ਲੈਣ ਲੱਗ ਗਏ ਉਹਦੇ ਵਿੱਚ ਜਦੋਂ ਆਪਾਂ ਮਿੰਦੇ ਆ ਤਾਂ ਉਹਦੇ ਵਿੱਚ ਆਪਾਂ 2 ਪਲੱਸ ਕਰ ਲੈਣਾਗਾ ਜਿਵੇਂ ਆਪਾਂ ਕਿਸੇ ਦੀ ਬਾਡੀ ਤੋਂ ਆਪਾਂ ਨਾਪ ਲੈਣ ਲੱਗੇ ਤਾਂ ਉਹਦੇ ਜਿਵੇਂ ਛਾਤੀ ਮਣੀ ਕਮਰ हिਪ ਮਣੀ ਤਾਂ ਉਹਦੇ ਵਿੱਚ 2 ਪਲੱਸ ਕਰ ਲੈਣਾ ਸੋ ਉਹਦਾ ਕਰਕੇ ਜਿਹੜਾ ਉਹਦਾ ਪਰਫੈਕਟ ਜਿਹੜੀ ਫਿਟਿੰਗ ਹੈ ਜਿਹੜਾ ਸੂਟ ਆ ਉਹ ਵਧੀਆ ਬਣੂਗਾ ਸੋ ਆਪਾਂ ਕਈ ਵਾਰ ਮਿਲ ਲੈਣਾ ਤੇ ਉਸੇ ਵਿੱਚ ਦੀ ਕੱਟ ਲੈਣਾ ਉਹਦੇ ਕਰਕੇ ਉਹ ਢੀੜਾ ਹੋ ਜਾਊਗਾ ਇਸ ਕਰਕੇ ਆਪਾਂ 2 ਪਲੱਸ ਕਰ ਲੈਣਾ ਜੇ ਉਹ ਕਹਿੰਦੇ ਨੇ ਵੀ ਥੋੜਾ ਜਿਹਾ ਵੱਧ ਖੁੱਲਾ ਚਾਹੀਦਾ ਤਾਂ ਆਪਾਂ 3 ਪਲੱਸ ਕਰ ਸਕਦੇ ਆ ਅਦਰਵਾਈਜ਼ 2 ਪਲੱਸ ਕਰਨਾ ਪਊ ਜੇ ਆਪਾਂ ਬਾਡੀ ਤੋਂ ਨਾਪ ਲੈਨੇ ਆ ਤਾਂ ਤੇ ਫੇਰ ਜਿਹੜੀ ਪਰਫੈਕਟ ਫਿਟਿੰਗ ਆ ਉਹ ਆ ਸਕਦੀ ਹੈ ਸੋ ਆਪਾਂ ਦੋ ਪ੍ਰਕਾਰ ਛਾਤੀ ਮਿਲ ਲੈਣੀ ਸੋ ਹੁਣ ਆਪਾਂ ਕਮਰ ਮਿਲ ਲੈਣੀ ਹੈ ਕਿੰਨੀ ਆਈ ਆਪਣੀ ਸੋ ਜਿਹੜੀ ਆਪਣੀ ਕਮਰ ਆ ਉਹ 15 ਦੀ ਸੋ ਆਪਾਂ ਇੱਕ ਪਲੱਸ ਕਰ ਲੈਣਾ ਕਿਉਂਕਿ ਜੇਕਰ ਪਲੋਈਆਂ ਪਾਉਣੀਆਂ ਤਾਂ ਇੱਕ ਪਲੱਸ ਕਰਨਾ ਪਊ ਕਿਉਂਕਿ ਅੱਧਾ ਅੱਧਾ ਇੰਚ ਜਿਹੜਾ ਇਹਨਾਂ ਦੇ ਵਿੱਚ ਆਉਂਦਾ ਹੈਗਾ ਇਸ ਕਰਕੇ 15 ਪਲੱਸ ਇੱਕ ਕਰ ਲੈਣਾ ਤੇ ਹੁਣ ਜਿਹੜੀ ਆਪਣੀ ਹਿਪ ਆ ਇਹ ਮਿਲ ਲੈਣੀ ਹੈ ਇਹ ਕਿੰਨੀ ਹੈਗੀ ਇਹ ਆਪਣੀ 18.5 ਦੀ ਤਿਆਰ ਸੋ ਆਪਾਂ ਪਲੱਸ 3 ਕਰ ਲਾਂਗੇ ਕਿਉਂਕਿ ਜੇਕਰ ਪਾਈਪ ਪੈਨ ਲਾਉਣੀਆਂ ਤਾਂ ਪਲੱਸ 3 ਦੀ ਜ਼ਰੂਰਤ ਆ ਨਹੀਂ ਤੁਸੀਂ 2 ਵੀ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਆਪਾਂ ਜਿਹੜਾ ਮੋਡਾ ਉਹ ਮਿਲ ਲੈਣਾ ਹੈਗਾ ਉਹ ਆਪਾਂ ਜਿਹੜੀ ਸਲਾਈ ਹੈ ਉੱਪਰ ਜਿਹੜੀ ਸੀਨ ਆਉਂਦੀ ਹੈ ਉਹ ਤੇ ਰੱਖ ਕੇ ਹੇਠਾਂ ਤੱਕ ਮਿਲ ਲੈਣਾ ਸੋ ਇਹ ਜਿਹੜੀ ਕਟਿੰਗ ਆ ਸੱਤ ਤੇ ਕਰੀ ਹੋਈ ਆ ਤੇ ਆਪਾਂ ਇਹ ਮੋਡਾ ਜਿਹੜਾ ਉਹ ਸੱਤ ਰੱਖ ਲਾਂਗੇ ਤੇ ਉਸ ਤੋਂ ਬਾਅਦ ਆ ਜਾਂਦਾ ਤੀਰ ਆ ਸੋ ਆਪਾਂ ਜਿਹੜਾ ਗਲ ਮੰਗਾ ਉਹਨੂੰ ਸਹੀ ਰੱਖ ਕੇ ਤੋਂ ਮੋਡੇ ਤੋਂ ਮੋਡੇ ਤੱਕ ਮਿਲ ਲੈਣਾ ਵੀ ਤੀਰ ਆਪਣਾ ਕਿੰਨਾ ਆ ਰਿਹਾ ਹੈਗਾ ਸੋ ਆਸ ਲਾਈ ਤੋਂ ਆਸ ਲਾਈ ਤੱਕ ਮਿਲ ਲੈਣਾ ਸੋ ਇਹ 11 ਆ ਗਿਆ 11 ਪਲੱਸ 1 ਜਿਹੜਾ ਤੀਰ ਆਪਣਾ ਉਹ ਆਪਾਂ 12 ਰੱਖਾਂਗੇ ਕਿਉਂਕਿ ਅੱਧਾ ਦਾ ਇੱਥੇ ਆਜੂਗਾ ਇੱਧਰ ਆਜੂਗਾ ਇਸ ਕਰਕੇ ਜਿਹੜਾ ਆਪਣਾ ਤੀਰ ਉਹ 11 ਤਿਆਰ ਆ ਤੇ ਪਲੱਸ ਆਪਾਂ 1 ਕਰ ਲੈਨੇ ਤੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਬਾਹਵਾਂ ਨੇ ਉਹਨਾਂ ਨੂੰ ਮਿਲ ਲੈਣਾ ਸੋ ਜਿਹੜੀ ਆਸ ਲਾਈ ਆ ਇੱਥੋਂ ਰੱਖ ਕੇ ਆਪਾਂ ਇੱਥੋਂ ਤੱਕ ਮਿਲ ਲੈਣਾ ਸੋ ਇਹ 16 ਤਿਆਰ ਆ ਜਿਹੜੀ ਆਪਣੀ ਬਾਹਾਂ ਦੀ ਸੋ ਆਪਾਂ ਮੋਰੋਂ ਬਾਟਮ ਵੀ ਮਿਲ ਲੈਣਾ ਵੀ ਕਿੰਨੀ ਇਹਨੂੰ ਖੁੱਲੀ ਪੀੜੀ ਰੱਖਣੀ ਆ ਸੋ ਆਪਾਂ ਇੱਥੋਂ ਰੱਖ ਕੇ ਹੇਟਾ ਨੂੰ ਇਹ 4.5 ਤਿਆਰ ਹੈ ਸੋ ਜਦੋਂ ਆਪਾਂ ਬਾਹ ਦੀ ਲੰਬਾਈ ਮਿਲਦੇ ਆ ਅੱਧਾ ਇੰਚ ਉੱਪਰ ਆ ਜਾਂਦੀ ਹੈ ਤੇ 1.5 ਇੰਚ ਹੇਟਾ ਜਿੰਨੀ ਆਪਾਂ ਬਾਹ ਮੀਣੀ ਆ ਉਹਦੇ ਵਿੱਚ ਆਪਾਂ 2 ਪਲੱਸ ਕਰ ਲਾਂਗੇ ਜੇ ਆਪਣੀ 16 ਤਿਆਰ ਹੈ ਤਾਂ ਪਲੱਸ 2 ਕਰ ਲਾਂਗੇ ਮਤਲਬ ਕਟਿੰਗ ਕਰਨ ਵੇਲੇ 2 ਪਲੱਸ ਕਰ ਲਾਂਗੇ ਇਹ ਆਪਣੀ ਜਿਹੜੀ ਸੂਟ ਦੀ ਆ ਸੋ ਸਾਰੀ ਜਿਹੜੀ ਆਪਾਂ ਮੰੰਤੀ ਆ ਉਹ ਕਰ ਲਈ ਸੋ ਉੱਪਰ ਤੋਂ ਲੈ ਕੇ ਜਿਹੜੀ ਆਪਾਂ ਪਲੋਈ ਆ ਉਹ ਵੀ ਮਿਲਣ ਨੇ ਕਈ ਵਾਰ ਪਲੋਈਆਂ ਦਾ ਕਰਕੇ ਵੀ ਆਪਣੀ ਜਿਹੜੀ ਫਿਟਿੰਗ ਉਹ ਸਹੀ ਨਹੀਂ ਹੋ ਪਉਂਦੀ ਇਸ ਕਰਕੇ ਆਪਣੀ ਆ ਸਲਾਈ ਤੋਂ ਲੈ ਕੇ ਪਲੋਈ ਦੇਖ ਲੈਣੀ ਵੀ ਕਿੱਥੋਂ ਤੱਕ ਪਾਈ ਹੋਈ ਐ ਸੋ ਇਹ 10 ਤੱਕ ਐ ਤੇ ਪਲੱਸ ਆਪਾਂ ਅੱਧਾ ਇਹਦੇ ਵਿੱਚ ਹੋਰ ਜੋੜ ਲੈਣਾ ਕਿਉਂਕਿ ਉੱਪਰ ਜਿਹੜੀ ਉਹ ਸਲਾਈ ਵੱਜੂਗੀ ਇਸ ਕਰਕੇ ਜੇ ਜੇ ਇੱਥੋਂ ਲੈ ਕੇ ਪਲੋਈ ਤੱਕ 10 ਇੰਚ ਲੰਬਾਈ ਆਈ ਐ ਤਾਂ ਆਪਾਂ ਇਹ ਵਿੱਚ ਅੱਧਾ ਹੋਰ ਜੋੜ ਲਾਂਗੇ ਕਿਉਂਕਿ ਉੱਪਰ ਉਹ ਜਿਹੜੀ ਸਲਾਈ ਵੱਜੂਗੀ ਤਾਂ ਜੇ ਆਪਣੀ ਪਲੋਈ 10 ਤੇ ਆ ਤਾਂ ਆਪਾਂ ਅੱਧਾ ਵਿੱਚ ਹੋਰ ਐਡ ਕਰਕੇ 10.5 ਆ ਜਿਹੜੀ ਪਲੋਈ ਦੀ ਨਿਸ਼ਾਨੀ ਲਾਵਾਂਗੇ ਸੋ ਪਲੋਈਆਂ ਤੋਂ ਬਾਅਦ ਹੁਣ ਆਪਾਂ ਜਿਹੜਾ ਗਲਮਾ ਉਹ ਦੇਖ ਲੈਣਾ ਵੀ ਕਿੰਨੇ ਤੇ ਹੋਇਆ ਸੋ ਜਿਹੜਾ ਆਪਣਾ ਗਲਮਾ ਇਹ 6.5 ਤੇ ਤਿਆਰ ਆ ਤੇ ਆ 5.5 ਤੇ ਜਿਹੜਾ ਪਿਛਲਾਗਾ ਸੋ ਆਪਾਂ ਜਿਹੜਾ ਆ ਸਲਾਈ ਤੋਂ ਮਿੰਕ ਦੇਖ ਲੈਣਾ ਵੀ ਇਹ ਠਾਣੂ ਕਿੰਨਾਗਾ ਸੋ ਜਿਹੜਾ ਆਪਣਾ ਮੂਰਲਾ ਗਾਮਾ ਇਹ 6.5 ਤੇ ਤਿਆਰ ਹੈ ਜਿਹੜਾ ਪਿਛਲਾ ਉਹ 5.5 ਤੇ ਸੋ ਜਿਹੜੀ ਆਪਣੀ ਸਾਰੀ ਕਮੀਜ਼ ਦੀ ਜਿਹੜੀ ਆਪਾਂ ਮਿੰਤੀਓ ਕਰ ਲਈ ਸੋ ਮੈਂ ਕੱਪੜੇ ਨੂੰ ਵਿਛਾ ਲਿਆ ਸੋ ਜਿਵੇਂ ਮੈਂ ਪਹਿਲਾਂ ਦੱਸਿਆਗਾ ਵੀ ਮੇਰਾ ਘੇਰਾ ਜਿਹੜਾ ਕਮੀਜ਼ ਦਾ ਉਹ 8.5 ਰਹੀ ਹੈ ਤੇ ਪਲਾਸਟਿਕ ਨੇ ਕਰਕੇ ਸਾਡੇ 2100 ਇਹ ਪੂਰਾ ਪੂਰਾ ਆ ਰਿਹਾ ਹੈਗਾ ਸੋ ਇਹ ਜਿਹੜੀ ਕਮੀਜ਼ ਆ ਉਹ ਤਿਆਰ ਹੋ ਜਾ ਪਰ ਕਈ ਵਾਰ ਕੀ ਹੁੰਦਾ ਵੀ ਜਿਹੜਾ ਕਹਿ ਰਗਾ ਉਹ ਆਪਣੇ ਕੀ ਵਾਈ ਹੁੰਦਾਗਾ ਤਾਂ ਉਹ ਇੱਥੇ ਪੂਰਾ ਨਹੀਂ ਹੁੰਦਾ ਤਾਂ ਫੇਰ ਆਪਾਂ ਇਹਨੂੰ ਕੱਪੜੇ ਨੂੰ ਕਹਿਰਾ ਕਰਕੇ ਤੇ ਆਪਾਂ ਇਹਨੂੰ ਜਿੰਨੇ ਆਪਣੀ ਲੰਬਾਈ ਉਹ ਮਣਕੇ ਆਪਾਂ ਇਹਨੂੰ ਦੂਰਾ ਕਰ ਲੈਣਾਗਾ ਸੋ ਉਹਦੇ ਨਾਲੇ ਜਿਹੜਾ ਉਧਰਲਾ ਕਪੜਾ ਉਹ ਸਲਵਾਰ ਚ ਪੈ ਜਾਊਗਾ ਤੇ ਜਿਹੜੀ ਦੂਜੀ ਕਮੀਜ਼ ਆਪਣੀ ਵਧੀਆ ਕੱਟੀ ਹੋ ਪਰ ਹੁਣ ਇਹਦਾ ਐਵੇਂ ਹੀ ਆ ਰਿਹਾ ਹੈਗਾ ਸਾਰਾ ਕੁਝ ਸਹੀ ਤਾਂ ਆਪਾਂ ਐਵੇਂ ਹੀ ਮਿਲ ਲਾਂਗੇ ਸੋ ਜਿਹੜੀ ਲੰਬਾਈ ਸੋ ਸਾਡੇ 42 ਹੈ 39 3 ਸਾਡੇ 42 ਤਾਂ ਆਪਾਂ ਸਾਢੇ 42 ਦਾ ਇਥੇ ਇਨਸਾਨ ਲਾ ਲੈਣਾ ਇਸ ਪ੍ਰਕਾਰ ਹੀ ਬਚਾਲੇ ਸੋ ਆਪਾਂ ਜਮਾ ਵੀ ਫਰਕ ਨਹੀਂ ਪੈਣ ਦੇਣਾ ਜਿਹੜੇ ਇਨਸਾਨ ਹੈ ਉਹ ਬਿਲਕੁਲ ਸਹੀ ਸਹੀ ਲੰਬ ਦੇ ਜਾਣੇ ਤਾਂ ਜੋ ਆਪਣੀ ਜਿਹੜੀ ਕਟਿੰਗ ਆ ਉਹ ਵਧੀਆ ਹੋ ਸਕੇ ਤੇ ਕਿਤੇ ਵੀ ਜਿਹੜੀ ਗਲਤੀ ਆ ਉਹ ਨਾ ਹੋਵੇ ਸੋ ਵੀ ਆਪਾਂ ਕਮੀਜ਼ ਨੂੰ ਕਟਿੰਗ ਕਰ ਲਾਂਗੇ ਲੰਬਾਈ ਜਿਹੜੀ ਉਹ ਆਪਾਂ ਕੱਟ ਕਰ ਲਈ 49 3 ਇਸ ਤੋਂ ਬਾਅਦ ਆਪਾਂ ਇਹਨਾਂ ਦੋਨੇ ਪੀਸਾ ਨੂੰ ਅਲੱਗ-ਅਲੱਗ ਕਰ ਲੈਣਾ ਤੇ ਹੁਣ ਕੀ ਹੁੰਦਾ ਕਈ ਵਾਰ ਮਤਲਬ ਛਪਾ ਮਤਲਬ ਇਹ ਐਵੇਂ ਹੁੰਦਾ ਵੀ ਜਿਹੜੇ ਫੁੱਲ ਹੈ ਉਹ ਕਈ ਵਾਰ ਇਧਰ ਨੂੰ ਜਾਂਦੇ ਹੁੰਦੇ ਆ ਤਾਂ ਉਹ ਆਪਾਂ ਦੇਖ ਕੇ ਲਾਉਣੇ ਆ ਜਿਹੜੇ ਫੁੱਲ ਹੈ ਉਹਨਾਂ ਨੂੰ ਦੇਖ ਕੇ ਹੀ ਇਹ ਜਿਹੜੀ ਉੱਪਰਲੀ ਚੀਜ਼ ਆ ਗਲਮਾ ਉਧਰ ਰੱਖਣਾ ਸੋਏ ਦੇ ਜਿਵੇਂ ਹੁਣ ਫੁੱਲ ਇਹ ਇੱਧਰ ਉੱਪਰ ਜਾ ਰਹੇ ਨੇ ਸੋ ਇਹ ਤਾਂ ਮਿਕਸ ਜਿਹੀ ਸੂਟ ਹੈ ਸੋ ਇਹ ਤਾਂ ਕਿਵੇਂ ਕਟਿੰਗ ਕਰ ਲਈ ਪਰ ਕਈ ਵਾਰੀ ਕੀ ਇਹਨ ਦਾ ਡਿਜ਼ਾਈਨ ਐਵੇਂ ਹੁੰਦਾ ਵੀ ਉੱਪਰ ਥੱਲੇ ਕਰਕੇ ਸਹੀ ਲਾਉਣਾ ਚਾਹੀਦਾ ਆਪਾਂ ਨੂੰ ਸੋ ਜਿਹੜਾ ਡਿਜ਼ਾਈਨ ਆ ਉਹ ਗਲਮੇ ਕਿੰਨੀ ਜਾਣਾ ਚਾਹੀਦਾ ਸੋ ਕਈ ਵਾਰ ਗਲਤ ਨਾ ਲਾ ਦੇ ਵੀ ਜੇ ਆਪਾਂ ਇਹ ਠਾਣੂ ਕਰ ਦਨੇ ਆ ਫੁੱਲਾਂ ਦਾ ਮੂੰਹ ਜਾਂ ਕੋਈ ਹੋਰ ਵੀ ਡਿਜ਼ਾਈਨ ਹੈ ਪੇੜ ਬੂਲ ਹੁੰਦੀ ਹੈ ਸੋ ਆਪਾਂ ਇਹਨੂੰ ਸਹੀ ਕਰਕੇ ਧਰ ਲੈਣਾ ਇੱਕ ਪਿਛਲਾ ਪੀਸ ਆ ਗਿਆ ਤੇ ਇੱਕ ਮੋਹਰਲਾ ਸੋ ਆਪਾਂ ਦੋਨਾਂ ਨੂੰ ਸਹੀ ਕਰਕੇ ਤਰ ਲਾਂਗੇ ਸੋ ਆਪਾਂ ਕੱਪੜੇ ਨੂੰ ਫੋਲਡ ਕਰਕੇ ਰੱਖ ਲਿਆ ਇੱਕ ਪਿਛਲਾ ਤੇ ਇੱਕ ਮੋੜਲਾ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤੀਰਾ ਮਣਨਾ ਆਪਾਂ ਤੀਰਾ ਮਣਿਆ ਸੀਗਾ 11 1 ਮਤਲਬ 12 ਸੋ 12 ਦਾ ਅੱਧਾ ਇੱਥੇ 6 ਆਊਗਾ ਕਿਉਂਕਿ ਕੱਪੜਾ ਜਿਹੜਾ ਆਪਾਂ ਫੋਲਡ ਕਰਿਆ ਹੋਇਆਗਾ ਸੋ ਆਪਾਂ 6 ਤਿੰਨ ਸਾਂ ਲਾ ਕੇ ਨੂੰ ਲੈ ਜਾਣਾ ਸੋ ਜਿਹੜਾ ਆਪਾਂ ਮੋੜਾ ਮਣਿਆ ਸੀ ਉਹ ਆਪਾਂ 7 ਮਣਿਆ ਸੀ ਤੇ ਅੱਧਾ ਇੰਚ ਉੱਪਰ ਆਊਗਾ ਸਲਾਈ ਚ ਇਸ ਕਰਕੇ ਆਪਾਂ ਇੱਥੇ 7.5 ਤਿੰਨ ਸਾਂ ਲਾ ਕੇ ਇੱਕ ਬਾਕਸ ਬਣਾ ਲੈਣਾ ਸੋ ਇੱਥੇ ਆਪਣੀ ਜਿਹੜੀ ਮੋਡੇ ਦੀ ਕਟਿੰਗ ਹੋਊਗੀ 7.5 ਇੰਚ ਸਾਣ ਹੁਣ ਆਪਾਂ ਇੱਥੇ 7 ਮਿਣਾਂਗੇ ਜਿਹੜੀ ਆਪਾਂ ਉੱਪਰਲੀ ਛਾਤੀ ਮਿਣੀ ਹੋਈ ਸੀ ਤੇ ਉਹ ਆਪਣੀ ਸੀਗੀ 17 ਸੋ 17 ਦਾ ਅੱਧ ਹੋ ਗਿਆ 8.5 ਇੱਥੇ ਆਪਾਂ ਨਿਸ਼ਾਨ ਲਾ ਲੈਣਾ ਸੋ ਹੁਣ ਆਪਾਂ نیچے ਨੂੰ 3 ਇੰਚ ਮਿਲ ਲੈਣਾ ਸੋ ਇੱਥੇ ਆਪਣੀ ਜਿਹੜੀ ਛਾਤੀ ਮਿਣੀ ਸੀਗੀ ਆਪਾਂ ਉਹ ਸੀ 7.5 ਤੇ ਆਪਾਂ 8.5 ਤੋਂ ਥੋੜਾ ਜਿਹਾ ਜਿਹੜਾ ਵੱਧ ਹੈ ਇਧਰ ਨੂੰ ਕਰ ਲੈਣਾ ਸੋ ਇੱਥੇ ਸਿਲਾਈ ਹੋਊਗੀ ਸੋ ਆਪਾਂ ਕਈ ਵਾਰ ਕੀ ਕਰਦੇ ਆਪਾਂ ਛਾਤੀ ਦਾ ਮਿਲ ਲੈਨੇ ਜਿਵੇਂ ਆਪਣੀ ਹੁੰਦੀ ਹੈ ਜੇ ਮੈਂ ਆਪਣੀ 1.7 ਤਿਆਰ ਆ ਉਹ ਆਪਾਂ ਇੱਥੇ ਰੱਖ ਕੇ ਇਵੇਂ ਮਿਲਾ ਦਨੇ ਆ ਸੋ ਜਿਹੜਾ ਆ ਵਿਚਕਾਰ ਕੱਪੜੇ ਦਾ ਹੋ ਆ ਜਾਂਦਾ ਫਾਸਲਾ ਇਹ ਦੇ ਕਰਕੇ ਇੱਥੇ ਜਿਹੜਾ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਸੋ ਇਹ ਕਾਰਨ ਹੁੰਦਾ ਜਿਹੜਾ ਮੋੜੇ ਕੱਪੜਾ ਇਕੱਠਾ ਹੁੰਦਾ ਸੋ ਜਿਹੜੇ ਜੇ ਆਪਾਂ ਐਵੇਂ ਪ੍ਰੋਪਰ ਚੰਗੀ ਤਰ੍ਹਾਂ ਆਪਾਂ ਇਹਦੀ ਜਿਹੜੀ ਕਟਿੰਗ ਆ ਉਹ ਸਹੀ ਕਰਾਂਗੇ ਤੇ ਜਿਹੜਾ ਸਲਾਈ ਵੇਲੇ ਆਪਾਂ ਕੋਈ ਦਿੱਕਤ ਨਹੀਂ ਆਊਗੀ ਤੇ ਕੱਪੜਾ ਪਾਇਆ ਵੀ ਸੋਹਣਾ ਲੱਗੂਗਾ ਸੋ 3.5 ਇੰਚ ਆਪਾਂ ਇਹ ਠਾਣੂ ਕਰਕੇ ਜਿਹੜੀ ਆਪਾਂ ਇੱਥੇ ਬ੍ਰੈਸਟ ਦੀ ਜਿਹੜੀ ਸਾਰੀ ਲੰਬਾਈ ਹੈ ਉਹ ਮਣੀ ਆ ਉਹ 1.7 ਸ ਤੇ ਆਪੇ ਨੂੰ ਇਹ ਨਮਲਾ ਦੇਣਾ ਇੱਥੇ ਜਿਹੜੀ ਆਪਣੀ ਸਲਾਈ ਹੋਊਗੀ ਤੇ ਹੁਣ ਆਪਾਂ 6 ਇੰਚ نیچے ਨੂੰ ਜਾਵਾਂਗੇ ਇੱਥੇ ਜਿਹੜੀ ਆਪਣੀ ਕਮਰ ਆ ਉਹ ਆਜੂਗੀ ਕਮਰ ਆਪਾਂ 15 ਮਿਨੀ ਸੀ ਪਲੱਸ 1 ਕਿਉਂਕਿ ਪਲੋਂਗਾਂ ਦਾ ਕਰਕੇ ਅੱਧਾ ਦਿਨ ਚ ਉਹਦੇ ਵਿੱਚ ਆਊਗੀ ਪਲੱਸ 1 ਤਾਂ 15 1 16 ਹੋਗਾ ਤੇ 16 ਦਾ ਅੱਧਾ ਆਪਾਂ ਇੱਥੇ 8 ਕਰਾਂਗੇ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਇੱਥੇ ਆਪਣੀ ਜਿਹੜੀ ਕਮਰ ਦੀ ਉਹ ਆਪਾਂ ਸਲਾਈ ਕਰਾਂਗੇ ਸੋ ਇਹ ਠਾਣੂ ਜਿਹੜੀ ਆਪਾਂ ਚਾਹ ਕਰਖਣੇ ਆ ਉਹ ਆਪਾਂ 14 ਤਿੰਨ ਇਨਸਾਨੇ ਲਾਉਣੀਆਂ ਸੋ ਇਹ ਕੱਦ ਦੇ ਅਨੁਸਾਰ ਵੱਧ ਘੱਟ ਹੋ ਸਕਦਾ ਹੈ ਕਿਸੇ ਦਾ 15 ਕਿਸੇ ਦਾ 16 ਸੋ ਇਹ ਵੀ ਆਪਾਂ ਮਿਲ ਲੈਣਾ ਹੈ ਇੱਥੇ ਆਪਾਂ 14 ਤਿੰਨ ਇਨਸਾਨ ਲਾਵਾਂਗੇ ਸੋ ਇੱਥੇ ਕੱਪੜੇ ਤੇ ਰੱਖ ਜਿਹੜੀ ਆਪਣੀ ਹਿੱਪ ਸੀ ਉਹ 18.5 ਸੀ ਸੋ ਇੱਥੇ 9.5 ਤੇ ਆਪਾਂ ਨਿਸ਼ਾਨ ਲਾ ਦੇਣਾ ਤੇ ਇਹਨੂੰ ਆਪਾਂ ਇੱਥੋਂ ਕਮਰ ਨਾਲ ਲਾ ਦਿਨਾ ਤੇ ਇਹਨੂੰ ਆਪਾਂ ਸਾਥ ਦਿਨਾ ਸੋ ਜਿਹੜੀ ਆਪਣੀ ਸੂਟ ਦੀ ਸਲਾਈ ਹੋਊਗੀ ਉਹ ਇੱਥੇ ਰੱਖ ਕੇ ਐਵੇਂ ਹੋਊਗੀ ਤਾਂ ਫੇਰ ਹੀ ਜਿਹੜੀ ਪਰਫੈਕਟ ਫਿਟਿੰਗ ਆ ਉਹ ਆਊਗੀ ਸੋ ਆਪਾਂ ਗਲਤੀ ਕੀ ਕਰਦੇ ਸੀਗੇ ਵੀ ਜਿਵੇਂ ਆਪਾਂ ਆ ਇੱਥੋਂ ਚੀਜ਼ ਮਣੀ ਆ 1.7 ਇੱਥੇ ਵੀ ਆਪਾਂ 1.7 ਰੱਖ ਲੈਣੇ ਸੀ ਜਿਹੜਾ ਐਕਸਟਰਾ ਕੱਪੜਾ ਸੀਗਾ ਇਹਦੀ ਵਜ੍ਹਾ ਕਰਕੇ ਜਿਹੜੇ ਇੱਥੇ ਬਾਲ ਪੈਂਦੇ ਸੀ ਤੇ ਜਿਹੜੀ ਆਪਣੀ ਫਿਟਿੰਗ ਆ ਉਹ ਬਿਲਕੁਲ ਵੀ ਸਹੀ ਨਹੀਂ ਹੁੰਦੀ ਸੀ ਤੇ ਇਸ ਕਰਕੇ ਜਿਹੜੀ ਉੱਪਰ ਉਹ ਅਲੱਗ ਛਾਤੀ ਮਣੀ ਜਾਵੇ ਤੇ ਹੇਠਾਂ 3 ਇੰਚ ਉਹ ਅਲੱਗ ਮਣੀ ਜਾਵੇ ਤੇ ਜਿਹੜਾ ਆਪਣਾ ਸੂਟ ਆ ਬਹੁਤ ਹੀ ਵਧੀਆ ਫਿਟਿੰਗ ਵਿੱਚ ਬਣੂਗਾ ਸੋ ਇੱਥੇ ਆਪਾਂ ਟੱਕ ਲਾ ਲੈਣਾ ਸੋ ਪਰ ਜਿਹੜੀ ਕਟਿੰਗ ਕਰ ਦੇਣੀ ਹੈ ਸੋ ਇਹ ਆਪਾਂ ਵੱਧ ਰੱਖ ਲੈਣਾ ਸੋ 2 ਇੰਚ ਵੰਗੋ ਮੈਂ ਵੱਧ ਰੱਖ ਲਿਆ ਤੇ ਐਕਸਟਰਾ ਜਿਹੜਾ ਕੱਪੜਾ ਉਹ ਆਪਾਂ ਕਟਿੰਗ ਕਰ ਦਾਂਗੇ ਸੋ ਹੁਣ ਜਿਹੜੀ ਆਪਾਂ ਇੱਥੋਂ ਜਿਹੜਾ ਆਪਾਂ ਬਾਕਸ ਬਣਾਇਆ ਸੀਗਾ ਸੋ ਇੱਥੋਂ ਆਪਾਂ 1.5 ਇੰਚ ਦਾ ਨਸਾਂ ਲਾ ਲੈਣਾ ਤੇ ਇੱਥੇ ਆਪਾਂ ਗੁਲਾਈ ਦੇ ਦੇਣੀ ਆ ਸੋ ਇੱਥੋਂ ਲਿਆ ਕੇ ਆਪਾਂ ਇਹਨੂੰ ਐ ਜਿਹੜੀ ਗੁਲਾਈ ਆ ਉਹ ਦੇ ਦੇਣੀ ਆ ਇੱਥੋਂ ਆਪਾਂ ਕਟਿੰਗ ਕਰ ਲੈਣੀ ਆ ਗੁਲਾਈ ਦੇ ਅਨਸਾਰ ਇੱਥੇ ਇਧਰੋਂ ਆਪਾਂ ਮਤਲਬ ਜਿਹੜਾ ਆਪਣਾ ਮੋਢਾ ਹੈਗਾ ਉਹ ਏ ਠਾਣੂ ਹੁੰਦਾਗਾ ਉਹ 1/2 ਇੰਚ ਆਪਾਂ ਰੱਖ ਕੇ ਉੱਪਰ ਨੂੰ ਮਿਲਾ ਦੇਣਾ ਕਿਉਂਕਿ ਆਪਣੀ ਜਿਹੜੀ ਸ਼ੇਪ ਆ ਮੋਢੇ ਤੋਂ ਇਸ ਪ੍ਰਕਾਰ ਹੀ ਹੁੰਦੀ ਆ ਥੋੜੀ ਜਿਹੀ نیچے ਨੂੰ ਇਸ ਕਰਕੇ ਇੱਥੇ ਆਪਾਂ 1 ਇੰਚ ਦਾ ਜਿਹੜਾ ਐ ਕੱਟ ਪਾ ਕੇ ਇਹ ਕਿਹੜਾ ਐਕਸਟਰਾ ਕੱਪੜਾ ਇਹਨੂੰ ਕੱਟ ਦੇਣਾ ਸੋ ਇਹਦੇ ਨਾਲ ਵੀ ਜਿਹੜੀ ਫਿਟਿੰਗ ਆ ਉਹ ਬਹੁਤ ਵਧੀਆ ਰਹਿੰਦੀ ਹੈ ਸੂਟ ਪਾਇਆ ਵਧੀਆ ਲੱਗਦਾ ਸੋ ਇੱਥੇ ਵੀ ਆਪਾਂ ਕੱਟਾ ਜਿਹੜਾ ਉਹ ਪਾ ਲੈਣਾ ਹੈਗਾ ਕਿਉਂਕਿ ਇੱਥੇ ਆਪਣੀ ਸਲਾਈ ਹੋਊਗੀ ਸਾਤੀ ਦੀ ਤੇ ਉਸ ਤੋਂ ਬਾਅਦ ਜਿਹੜਾ ਮੂਰਲਾ ਪੀਸ ਹੈ ਇਹ ਤੇ ਆਪਾਂ ਮੂਰੇ ਮੋਡੇ ਵਿੱਚ ਅੱਧੇ ਇੰਚ ਦੀ ਹੋਰ ਕਾਟ ਪਾ ਕੇ ਇਹਨੂੰ ਕੱਟ ਦਾਂਗੇ ਸੋ ਅੱਧੇ ਇੰਚ ਦਾ ਆਪਾਂ ਇੱਥੇ ਜਿਹੜੀ ਹੋਰ ਹੈ ਉਹ ਕਾਟ ਪਾ ਲੈਣੀ ਆ ਤੇ ਉੱਪਰਲਾ ਪੀਸ ਚੱਕ ਕੇ ਮੂਰਲਾ ਇਹ ਇੱਥੇ ਆਪਾਂ ਗੁਲਾਈ ਦੇ ਦੇਣੀ ਹੈ ਸੋ ਆਪਣਾ ਜਿਹੜਾ ਮੋਹਰਲਾ ਪੀਸ ਹੈ ਉਹ ਬਿਲਕੁਲ ਤਿਆਰ ਹੋ ਗਿਆ ਹੁਣ ਜਿਹੜਾ ਪੀਸ ਲਾਗਾ ਉਹ ਤੇ ਆਪਾਂ ਗਲ ਮਾਰਾ ਰੱਖ ਲੈਣਾ ਸੋ ਆਪਾਂ ਇੱਥੇ ਰੱਖ ਕੇ ਸੋ ਇਹ ਅਲੱਗ-ਅਲੱਗ ਹੁੰਦਾ ਜੇ ਹੁਣ ਜ਼ਿਆਦਾ ਕੋਈ ਮਤਲਬ ਮੋਟਾਗਾ ਉਹਦੇ ਦਾ ਆਪਾਂ ਤਿੰਨ ਰੱਖ ਸਕਦੇ ਆ ਪਰ ਜਿਹੜਾ ਹੁਣ ਠੀਕ ਜਾ ਉੱਥੇ ਆਪਾਂ ਇੱਥੇ ਢਾਈ ਰੱਖ ਲੈਣਾ ਵਿਚਕਾਰ ਫਾਸਲਾ ਗਰਮੇ ਦਾ ਤੇ ਇਹ ਤੁਹਾਨੂੰ ਪੰਜ ਸੀਗੇ ਮੋਢਾ ਇੱਥੇ ਆਪਾਂ ਪੰਜ ਤੇ ਨਿਸ਼ਾਨ ਲਾ ਕੇ ਬਾਕਸ ਬਣਾ ਲੈਣਾ ਤੇ ਇੱਥੇ ਆਪਾਂ ਗੁਲਾਈ ਦੇ ਦੇਣੀ ਆ ਅੱਧੇ ਇੰਚ ਦੇ ਆਪਾਂ ਇੱਥੋਂ ਲੈ ਕੇ ਇੱਥੋਂ ਤੱਕ ਮਣ ਕੇ ਗੁਲਾਈ ਪਾ ਕੇ ਜਿਹੜਾ ਪਿਛਲਾ ਗਲਮਾਉ ਤਿਆਰ ਕਰ ਲਾਂਗੇ ਮੂਰਲਾ ਗਲਮੇ ਤੇ ਆਪਾਂ ਬੁਕਰਮ ਬਣਾ ਕੇ ਆਪਾਂ ਕੋਈ ਵੀ ਡਿਜ਼ਾਈਨਦਾਰ ਬਣਾ ਸਕਦੇ ਆ ਸੋ ਪਿਛਲਾ ਗਲਮਾ ਜਿਹੜਾ ਆਪਾਂ ਗੁਲਾਈ ਵਿੱਚ ਕੱਟ ਲਿਆ ਹੁਣ ਜਿਹੜੀਆਂ ਆਪਾਂ ਪਲੋਈਆਂ ਮੀਣੀਆਂ ਸੀ ਹੁਣ ਆਪਾਂ ਉਹ ਪਾ ਲਾਂਗੇ ਇੱਥੇ ਸੋ ਉਹਦੇ ਵੀ ਆਪਾਂ ਨਿਸ਼ਾਨ ਲਾ ਲਾਂਗੇ ਸੋ ਜਿਹੜੇ ਆਪਣੀ ਪਲੋਈ ਸੀ ਉਹ 10 ਤਿਆਰ ਸੀ ਤੇ ਮੈਂ ਕਿਹਾ ਸੀ ਵੀ ਅੱਧਾ ਇੰਚ ਵਿੱਚ ਸਲਾਈ ਦੇ ਆਉਗੀ ਇਸ ਕਰਕੇ ਆਪਾਂ 10.5 ਦੇ ਨਿਸ਼ਾਨ ਲਾਵਾਂਗੇ ਕਿਉਂਕਿ ਅੱਧਾ ਇੰਚ ਉੱਪਰ ਵਿੱਚ ਆ ਜਾਂਦਾ ਤੇ ਇੱਥੇ ਆਪਾਂ 10.5 ਤੇ ਜਿਹੜਾ ਨਿਸ਼ਾਨ ਲਾ ਲੈਣੇ ਤੇ ਇਧਰੋਂ ਆਪਾਂ 3.5 ਰੱਖਾਂਗੇ ਸੋ ਜਿਹੜਾ ਜ਼ਿਆਦਾ ਮੋਟਾਗਾ ਉਹਦੇ ਆਪਾਂ 4 ਤੇ ਵੀ ਲਾ ਸਕਦੇ ਆ ਨਹੀਂ ਆਪਾਂ ਛੂਟ ਤੋਂ ਮਿਣ ਸਕਦੇ ਆ 3.5 ਤੇ ਆਪ ਤਿਆਰ ਕਰ ਲਿਆ ਤੇ ਇਹ ਥਾ ਨੂੰ ਆਪਾਂ 6.5 ਜਿਹੜੀ ਪਲੋਈ ਰੱਖ ਲੈਣੀ ਆ ਸੋ ਇਹ ਕੱਦ ਦੇ ਅਕੋਰਡਿੰਗ ਰੱਖੀ ਜਾਂਦੀ ਆ 7 ਤੇ ਵੀ ਵਗ ਜਾਂਦੀ ਆ 6 ਤੇ ਵੀ ਰਹਿ ਜਾਂਦੇ 6.5 ਤੇ ਵੀ ਸੋ ਇਧਰੋਂ ਆਪਾਂ 3.5 ਸੋ ਹੁਣ ਇੱਥੋਂ ਲੈ ਕੇ ਜਿਹੜਾ ਆਪਾਂ ਕਮਰਦਾਨ ਨਿਸ਼ਾਨ ਸੇ ਇੱਥੋਂ ਮਿਲ ਲੈਣਾ ਤੇ ਇਹਦੇ ਵਿਚਕਾਰ ਆਪਾਂ 1.5 ਇੰਚ ਦਾ ਫਾਸਲਾ ਰੱਖਣਾ ਸੋ ਇੱਥੇ ਵੀ ਆਪਾਂ ਨਿਸ਼ਾਨ ਲਾ ਦੇਣੇ ਆ ਸੋ ਹੁਣ ਜਿਹੜਾ ਆਹ ਕਰਾਸ ਐ ਇੱਥੋਂ ਲੈ ਕੇ ਇੱਥੋਂ ਤੱਕ ਮਿਲ ਲੈਣਾ ਤੇ ਇਹਨਾਂ ਵਿਚਕਾਰ ਵੀ 1.5 ਇੰਚ ਦਾ ਫਾਸਲਾ ਹੋਣਾ ਚਾਹੀਦਾ ਸੋ ਆਪਣੀਆਂ ਜਿਹੜੀਆਂ ਪਲੋਈਆਂ ਨੇ ਉਹ ਐਵੇਂ ਪਹਿਣੀ ਆ ਇੱਕ ਇਧਰ ਪਹਿ ਜੂਗੀ ਸੋ ਇੱਕ ਇਧਰ ਪਹਿ ਜੂਗੀ ਤੇ ਇੱਕ ਆ ਸੋ ਇਹਦੇ ਨਾਲ ਜਿਹੜੀ ਫੀਟਿੰਗ ਬਹੁਤ ਸੋਹਣੀ ਆਉਂਦੀ ਹੈਗੀ ਸੋ ਇਸ ਪ੍ਰਕਾਰ ਹੀ ਆਪਾਂ ਇਧਰ ਕਰ ਲੈਣਾ ਤੇ ਜਿਹੜਾ ਆ ਆ ਪਾਸਾ ਹੈਗਾ ਪਿਛਲਾ ਇਹ ਤੇ ਵੀ ਆਪਾਂ ਜਿਹੜੀਆਂ ਲੰਮੀਆਂ ਪਲੋਆਂ ਉਹ ਪਾ ਲਾਂਗੇ 1.5 3.5 6.5 ਤੇ ਤੇ ਇਧਰੋਂ ਵੀ 3.5 ਇਸ ਪ੍ਰਕਾਰ ਆਪਾਂ ਸਾਰੀਆਂ ਪਲੋਈਆਂ ਦੇ ਇਨਸਾਨ ਆ ਜਿਹੜੇ ਉਹ ਲਾ ਕੇ ਸੂਟ ਆ ਜਿਹੜਾ ਆਪਣਾ ਕਮੀਜ਼ੋ ਬਣ ਕੇ ਤਿਆਰ ਹੋਊ। ਸੋ ਜਿਹੜਾ ਆਪਾਂ ਮੋਡੇ ਚੋਂ ਕੱਪੜਾ ਕੱਢਿਆ ਸੀਗਾ ਉਹਦੇ ਚ ਆਪਾਂ ਜਿਹੜੇ ਚਾਰ ਪੀਸ ਕੱਟ ਲਏ ਦਰ ਇੱਕ ਸਾਈਡ ਤੋਂ ਕੱਟ ਕੇ ਤੇ ਇਹ ਆਪਾਂ ਪਲੋਈਆਂ ਤੇ ਜਿਹੜੋ ਸਟਿਚਿੰਗ ਕਰਨੀ ਤੇ ਆਪਾਂ ਪਲੋਈਆਂ ਧਰ ਕੇ ਉੱਤੇ ਆਪਾਂ ਸਲਾਈ ਕਰ ਦਿੰਨੇ ਆ। ਇਹਦੇ ਨਾਲ ਕੱਪੜਾ ਜਿਹੜਾ ਛਣੂਗਾ ਨਹੀਂ ਤੇ ਜੇ ਛਣੂਗਾ ਵੀ ਤਾਂ ਦੀ ਛਣਾ ਨਹੀਂ ਤੇ ਇਹ ਆਪਾਂ ਨੂੰ ਲੈਣਾ ਜ਼ਰੂਰੀ ਹੁੰਦਾ। ਸੋ ਮੈਂ ਇਹ ਯੂਜ਼ ਕਰਦੀ ਹੁਣੇ ਜਦੋਂ ਵੀ ਸਟੀਚਿੰਗ ਕਰਾਂ ਤੇ ਇਹਦੇ ਨਾਲ ਆ ਜਿਹੜੀ ਆਪਣੀ ਸਲਾਈ ਜੇ ਸੇਜ ਵੀ ਜਾਵੇ ਤਾਂ ਏਟ ਉਹ ਜਿਹੜਾ ਆਪਣੀ ਸਕਿਨ ਨਹੀਂ ਦਿਸਦੀ ਸੋ ਕੱਪੜਾ ਬਾਹਲਾ ਹੋਣੀ ਲੱਗਦਾ ਸੋ ਇਹ ਠਾਏ ਆਪਾਂ ਨੂੰ ਲਾਉਣਾ ਚਾਹੀਦਾ ਤੇ ਹੁਣ ਇਸ ਤੋਂ ਬਾਅਦ ਆਪਾਂ ਬਾਹਵਾ ਕੱਟ ਲੈਣੀ ਆ ਸੋ ਹੁਣ ਆਪਾਂ ਬਾਹਨ ਦੀ ਲਮਾਈ ਮਾਣਾਂਗੇ ਆਪਣੀ ਜਿਹੜੀ ਬਾਹ ਸੀ ਉਹ 16 ਤਿਆ ਸੀ ਤੇ ਪਲੱਸ 2 ਆਪਾਂ 18 ਜਿਹੜਾ ਉਹ ਨਿਸ਼ਾਨ ਲਾ ਕੇ ਜਿਹੜਾ ਕੱਪੜਾ ਉਹਨੂੰ ਆਪਾਂ ਕੱਟ ਲੈਣਾਗਾ ਸੋ ਇਧਰੋਂ ਵੀ ਆਪਾਂ 18 ਤੇ ਰੱਖ ਕੇ ਜਿਹੜੇ ਨਿਸ਼ਾਨ ਆ ਉਹ ਲਾ ਲੈਣੇ ਤੇ ਕੱਪੜੇ ਨੂੰ ਆਪਾਂ ਅਲੱਗ ਕਰ ਲੈਣੇ ਇਹ ਬਾਹ ਦਾ ਕਪੜਾ ਗਿਆ 16+2 ਮਤਲਬ 1.5 ਇੰਚ ਇਹ ਠਾ ਮੁੜ ਜਾਂਦਾ ਤੇ ਅੱਧਾ ਇੰਚ ਮੋਡੇ ਦੇ ਉੱਪਰ ਆ ਜਾਂਦਾ ਹੈਗਾ ਸਲਾਈ ਚ ਇਸ ਕਰਕੇ ਆਪਾਂ 2 ਇੰਚ ਜਿਹੜਾ ਉਹ ਪਲੱਸ ਕਰਿਆ ਹੋਇਆ ਹੈਗਾ ਸੋ ਹੁਣ ਆਪਾਂ ਜਿਵੇਂ ਹੁਣ ਸੋ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਫੁੱਲਾਂ ਦਾ ਧਿਆਨ ਰੱਖਣਾ ਜੇ ਕੋਈ ਵੀ ਡਿਜ਼ਾਈਨ ਹੈ ਉਹ ਉੱਪਰ ਵਾਲ ਨੂੰ ਜਾਣਾ ਚਾਹੀਦਾ ਹੈਗਾ ਸੋ ਜਿੱਧਰ ਉੱਪਰ ਵਾਲ ਨੂੰ ਜਾਵੇ ਉਧਰ ਆਪਾਂ ਮੋਡਾ ਰੱਖਣਾ ਹੁੰਦਾ ਹੈਗਾ ਸੋ ਆਪਣਾ ਜਿਹੜਾ ਮੋਡਾ ਉਹ 7.5 ਤੇ ਤੇ ਆ ਸੀ ਤੇ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਤੇ ਇੱਥੇ ਆਪਾਂ 3 ਇੰਚ ਦਾ ਉੱਪਰ ਨੂੰ ਨਿਸ਼ਾਨ ਲਾ ਕੇ ਜਿਹੜੀ ਇੱਥੇ ਗਲਾਈ ਇਹ ਦਰੋਂ ਆਪਣੀ ਜਿਹੜੀ ਮੋਰੀ ਸੀ ਉਹ 4.5 ਪਿਆਰ ਸੀਗੀ ਇੱਥੇ ਨਿਸ਼ਾਨ ਲਾ ਲੈਣਾ ਸੋ ਇਥੇ ਆਪਾਂ 1.5 ਇੰਚ ਦਾ ਨਿਸ਼ਾਨ ਲਾ ਲੈਣਾ ਹੈ ਇੱਥਾ ਤੱਕ ਤੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣੇ ਤੇ ਐਕਸਟਰਾ ਕੱਪੜਾ ਜਿਹੜਾ ਆਪਾਂ ਕਟਿੰਗ ਕਰਨਾਗਾ 2.5 ਇੰਚ ਉਹ ਆਪਾਂ ਵੱਧ ਰੱਖ ਕੇ ਇੱਥੋਂ ਜਿਹੜੀ ਆਪਾਂ ਕਟਿੰਗ ਕਰਾਂਗੇ ਇਹ ਸੋ ਆਪਾਂ ਸਾਰੀ ਜਿਹੜੀ ਕਟਿੰਗ ਆ ਉਹ ਕਰ ਲੈਣੀ ਆ ਸੋ ਕਟਿੰਗ ਵੀ ਕਈ ਪ੍ਰਕਾਰ ਨਾਲ ਕਰਦੇ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਪਰ ਜਿਵੇਂ ਮੈਂ ਕੱਟਨੀ ਆ ਸੂਟ ਦੀ ਫੀਟਿੰਗ ਜਿਹੜੀ ਉਹ ਵੱਧ ਗਈ ਹੁੰਦੀ ਆ ਸੋ ਇੱਥੇ ਜਿਹੜਾ ਆਪਾਂ ਵਿਚ ਮੋੜਾਂਗੇ ਉਹ ਤੇ ਵੀ ਆਪਾਂ ਟੱਕ ਲਗਾ ਲੈਣਾ ਤੇ ਇਸ ਤੋਂ ਬਾਅਦ ਆ ਜਿਹੜੇ ਮੋਰਲੇ ਪੀਸ ਆ ਗਏ ਤੇ ਇਹਨਾਂ ਤੇ ਆਪਾਂ 1/2 ਇੰਚ ਦੀ ਇੱਥੋਂ ਕਾਟ ਪਾ ਦੇਣੀ ਆ ਸੋ ਆਪਾਂ ਇੱਥੋਂ ਲਿਆ ਕੇ 1/2 ਇੰਚ ਦੀ ਜਿਹੜੀ ਕਾਟ ਹੈ ਉਹ ਪਾ ਦਾਂਗੇ ਹੇਠਾਂ ਤੱਕ ਤੇ ਉੱਪਰਲੇ ਦੋ ਜਿਹੜੇ ਪੀਸ ਐ ਮੋਰਲੇ ਉਹ ਆਪਾਂ ਕਟਿੰਗ ਕਰ ਲਾਂਗੇ ਸੋ ਇਹਦੇ ਨਾਲ ਵੀ ਜਿਹੜਾ ਕੱਪੜਾ ਇਕੱਠਾ ਨਹੀਂ ਹੁੰਦਾ ਤੇ ਵਧੀਆ ਜਿਹੜੀ ਉੱਪਰੋਂ ਫਿਟਿੰਗ ਬਣ ਕੇ ਆਉਂਦੀ ਹੈ ਸੋ ਇਹ ਆਪਣੀ ਬਾਹਵ ਵੀ ਕੱਟੀ ਗਈ ਸੋ ਆਪਾਂ ਸੂਟ ਆ ਜਿਹੜਾ ਕਮੀਜ਼ ਦੀ ਕਟਿੰਗ ਉਹ ਬਿਲਕੁਲ ਆਪਾਂ ਸਾਰੀ ਕਰ ਚੁੱਕੇ ਆ ਸੋ ਤੁਸੀਂ ਦੇਖ ਕੇ ਸਿੱਖ ਸਕਦੇ ਹੋ ਵੀ ਆਪਾਂ ਸੂਟ ਨੂੰ ਕਿਵੇਂ ਕਟਿੰਗ ਕਰਨਾ ਕਿਵੇਂ ਸਟਿਚ ਕਰਨਾ ਹੈ ਸੋ ਡਿਟੇਲਸ ਹੈ ਤੇ ਮੈਂ ਸਾਰਾ ਕੁਝ ਦੱਸਿਆ ਹੋਇਆ ਹੈਗਾ ਸੋ ਇਸ ਪ੍ਰਕਾਰ ਨਾਲ ਜਿਹੜੀ ਆਪਣੀ ਫਿਟਿੰਗ ਹੈ ਉਹ ਵੀ ਬਹੁਤ ਸੋਹਣੀ ਆਊਗੀ ਤੇ ਜਿਹੜਾ ਪੰਜਾਬੀ ਸੂਟ ਹੈ ਉਹ ਆਪਣੇ ਪਾਇਆ ਵੀ ਬਹੁਤ ਸੋਹਣਾ ਲੱਗੂਗਾ ਸੋ ਜਿਹੜੀ ਸਲਵਾਰ ਦੀ ਆਪਾਂ ਕਟਿੰਗ ਕਰਾਂਗੇ ਉਹ ਅਸੀਂ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਸੋ ਜਿਹੜੇ ਅਨਜਾਨੇ ਨਹੀਂ ਕੱਪੜੇ ਜਾਣਦੇ ਸੋ ਉਹ ਇਸ ਪਰ ਇਹਨਾਂ ਨੂੰ ਵੀਡੀਓ ਨੂੰ ਦੇਖ ਕੇ ਡਿਟੇਲਸ ਹੈ ਦੱਸੀ ਹੋਈ ਆ ਸੋ ਸੂਟ ਆ ਜਿਹੜੇ ਆਪਣੇ ਕਟਿੰਗ ਕਰਨੇ ਸਟਿਚਿੰਗ ਕਰਨੇ ਸਿੱਖ ਸਕਦੇ ਨੇ ਸੋ ਹੌਲੀ ਹੌਲੀ ਐਕਸਪੀਰੀਅੰਸ ਆ ਸੋ ਹੁਣ ਜਿਵੇਂ ਮਹਿੰਗਾਈ ਦਾ ਜ਼ਮਾਨਾ ਸੋਨੇ ਦਾ ਕੱਪੜਾ ਨਹੀਂ ਉਹਨਾਂ ਜਿੰਨਾ ਆਪਾਂ ਨੂੰ ਸਟੀਚਿੰਗ ਦਾ ਦੇਣਾ ਪੈਂਦਾ ਹੈ ਪਰ ਜੇ ਅਸੀਂ ਖੁਦ ਜਾਨਦੇ ਹੋਵਾਂਗੇ ਤਾਂ ਆਪਣੇ ਸੌਂਗ ਅਨੁਸਾਰ ਜਿਵੇਂ ਆਪਾਂ ਚਾਹੀਏ ਸੂਟ ਨੂੰ ਉਵੇਂ ਬਣਾ ਕੇ ਪਾ ਸਕਦੇ ਹਾਂ ਸੋ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰੋ ਜੀ ਪੇਜ ਨੂੰ ਫੋਲੋ ਕਰੋ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ